ਆਈ ਲਵ ਸ਼ਿਮਲਾ ਅਤੇ ਆਹ ਵੀ ਸ਼ਿਮਲੇ ਦਾ। ਕਿੰਨੇ ਦਾ ਵੀਰੇ ਪੀਜ਼ਾ? 100 ਰੁਪਏ ਦਾ ਇੱਕ। ਪੂਰੇ ਲੋਕਾਂ ਦੀ ਚਹਿਲ ਪਹਿਲ ਦਿਖ ਰਹੀ ਹੈ ਟਾਈਮ ਇੱਥੋਂ। ਸਾਹਮਣੇ ਸੂਰਜ ਦੇਵਤਾ ਛੁਪ ਚੁੱਕਿਆ। ਵਿਅਕਤੀਆਂ ਦੀ ਐਕਟੀਵਿਟੀ ਵਾਸਤੇ ਘੋੜ ਸਵਾਰੀ, ਬੱਚੇ ਖੁਸ਼ ਹੁੰਦੇ ਨੇ ਜੀ। ਪ੍ਰਾਈਜ਼ ਲਿਆ ਜਾਂਦਾ ਘੋੜ ਸਵਾਰੀ ਦਾ, ਹੋਰ 2-4 ਘੋੜੇ ਉੱਥੇ ਨੇ। ਲਓ ਜੀ ਆਪਣੇ ਮਿੱਤਰ ਪਿਆਰੇ, ਇੱਕ ਤਾਂ ਰੂਮ 'ਚ ਹੀ ਰਹਿ ਗਿਆ ਗਗਨ, ਅਤੇ ਕਿਉਂਕਿ ਥੋੜ੍ਹਾ ਜਿਹਾ ਢਿੱਲਾ ਸੀਗਾ, ਰਾਤ ਦੇ ਬੇਰਾਮੇ ਹੋਏ ਨੇ ਗੁਰਦਾਸਪੁਰ ਤੋਂ ਚਲੇ ਹੋਏ, ਅਤੇ ਉਹਦੇ ਕਰਕੇ ਨੀਂਦ ਵੀ ਨਹੀਂ ਆਈ ਪ੍ਰੋਪਰ ਇਹਨਾਂ ਨੂੰ। ਦੀਨ ਦਿਆਲ ਉਪਾਧਿਆ ਜੋਨਲ ਹਸਪਤਾਲ ਸ਼ਿਮਲਾ। ਲਓ ਜੀ ਸ਼ਿਮਲਾ ਦੇ ਖੂਬਸੂਰਤ ਨਜ਼ਾਰੇ, ਅਤੇ ਉਹ ਉੱਪਰ ਸਾਹਮਣੇ ਦਿਖ ਰਹੀ ਹੈ ਜੀ ਤੁਹਾਨੂੰ ਹਨੂੰਮਾਨ ਦਾ ਸਟੈਚੂ ਲੱਗਿਆ ਹੈ, ਮੂਰਤੀ ਜਿਹਨੂੰ ਆਪਾਂ ਜਾਖੂ ਮੰਦਿਰ ਕਹਿ ਦਿੰਦੇ ਹਾਂ, ਉਹ ਉੱਥੇ ਸਥਿਤ ਹੈ, ਕਾਫੀ ਦੂਰ ਹੈ। ਆਹ ਕੁਛ ਸ਼ਿਮਲੇ ਦਾ ਮਾਹੌਲ ਹੈ ਜੀ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਾਂ ਪਹੁੰਚੇ ਜੀ ਸ਼ਿਮਲੇ, ਸ਼ਿਮਲੇ ਕਾਲਕਾ ਤੋਂ ਟ੍ਰੇਨ ਲੈ ਕੇ ਸ਼ਿਮਲੇ ਪਹੁੰਚੇ ਸੀ। ਉਦੋਂ ਬਾਅਦ ਆਪਾਂ ਗੁਰੂ ਘਰ ਗਏ, ਗੁਰਦੁਆਰਾ ਸਾਹਿਬ ਵਿੱਚ ਆਪਣੇ ਰੂਮ ਲਿਆ, ਉੱਥੋਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੀ ਹੈ। ਅਤੇ ਹੁਣ ਇਸ ਟਾਈਮ ਚੱਲੇ ਜੀ ਆਪਾਂ ਮਾਲ ਰੋਡ, ਸ਼ਿਮਲੇ ਦਾ ਮਸ਼ਹੂਰ ਪੁਆਇੰਟ ਮਾਲ ਰੋਡ। ਤੁਹਾਨੂੰ ਆਓ ਨਾਲ ਨਾਲ ਅੱਜ ਦੇ ਵਲੋਗ ਰਾਹੀਂ ਤੁਹਾਨੂੰ ਵੀਡੀਓ ਦਿਖਾਵਾਂਗੇ। ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ। ਸੋ ਇਹ ਜਾਂਦਾ ਜੀ ਮਾਲ ਰੋਡ ਨੂੰ ਰਸਤਾ। ਲਓ ਜੀ ਆਪਾਂ ਮਾਲ ਰੋਡ ਪਹੁੰਚ ਚੁੱਕੇ ਹਾਂ, ਅਤੇ ਇਹ ਹੈ ਇੱਥੋਂ ਦਾ ਕੁਛ ਇਹੋ ਜਿਹਾ ਵਿਊ। ਬਹੁਤ ਸੋਹਣੀਆਂ ਇਮਾਰਤਾਂ ਬਣੀਆਂ ਹੋਈਆਂ ਨੇ ਇੱਥੇ, ਅਤੇ ਸਾਹਮਣੇ ਦੇਖ ਰਿਹਾ ਤੁਹਾਨੂੰ ਮਾਲ ਰੋਡ ਦਾ ਪੁਆਇੰਟ, ਤਿਰੰਗਾ ਝੰਡਾ, ਅਤੇ ਮਾਹੌਲ ਦੇਖੋ ਚਹਿਲ ਪਹਿਲ ਪੂਰੀ ਹੋ ਰਹੀ ਹੈ। ਸੰਡੇ ਦਾ ਦਿਨ ਹੈ ਅੱਜ, ਜਿਹਦੇ ਕਰਕੇ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ। ਵੈਸੇ ਵੀ ਇੱਥੇ ਹਰ ਦਿਨ ਸੈਲਾਨੀ ਆਉਂਦੇ ਰਹਿੰਦੇ ਨੇ, ਅਤੇ ਚਾਹੇ ਉਹ ਆਪਣੇ ਦੇਸ਼ ਦੇ ਹੋਣ, ਚਾਹੇ ਉਹ ਬਾਹਰੋਂ ਆਏ ਹੋਏ ਵਿਦੇਸ਼ੀ ਨਾਗਰਿਕ ਹੋਣ। ਸ਼ਿਮਲਾ ਇੱਕ ਪ੍ਰਮੁੱਖ ਕੇਂਦਰ ਹੈ ਜੀ ਸਾਡਾ, ਪੰਜਾਬ ਦਾ ਗੁਆਂਢੀ ਇਹ ਵੀ ਕਹਿ ਸਕਦੇ ਹਾਂ, ਕਿਸੇ ਟਾਈਮ ਇਹ ਵੀ ਪੰਜਾਬ ਦਾ ਹਿੱਸਾ ਸੀ। ਆਹ ਦੇਖੋ ਕਿਆ ਬਾਤ, ਇਹ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਬ੍ਰਿਟਿਸ਼ ਰਾਜ ਵੇਲੇ ਦੀ ਬਿਲਡਿੰਗ ਹੈ ਜੀ, ਅਤੇ ਬਹੁਤ ਸੋਹਣੀ ਬਣੀ ਹੋਈ ਹੈ। ਅਤੇ ਸਾਹਮਣੇ ਤਿਰੰਗਾ ਝੰਡਾ ਆਪਣੇ ਦੇਸ਼ ਦਾ। ਵੈਸੇ ਐਂਬੂਲੈਂਸ ਸੀ ਇਹ, ਅਤੇ ਇੱਥੇ ਨਾ ਕੋਈ ਗੱਡੀ ਨਾ ਕੋਈ ਬਾਈਕ ਇੱਥੇ ਬਿਲਕੁਲ ਨਹੀਂ ਆ ਸਕਦੀ, ਅਲਾਊਡ ਨਹੀਂ, ਥੱਲੇ ਹੀ ਰੋਕ ਦਿੱਤੇ ਜਾਂਦੇ ਨੇ। ਅਤੇ ਆ ਜਾਓ ਨਿਰਮਲ ਸਿੰਘ ਜੀ, ਅੱਗੇ ਚੱਲੀਏ ਆਪਾਂ। ਅਤੇ ਇੱਧਰ ਕੁਛ ਸ਼ੋਪ ਨੇ ਖਾਣ ਪੀਣ ਦੀਆਂ, ਫਰੂਟ ਚਾਟ ਕੋਲਡ ਡਰਿੰਕ ਵਗੈਰਾ, ਅਤੇ ਦੁਕਾਨਾਂ ਨੇ ਜੀ ਇੱਥੇ। ਆਈ ਲਵ ਹਿਮਾਚਲ ਸਾਹਮਣੇ ਲਿਖਿਆ ਹੋਇਆ। ਤਕਰੀਬਨ ਟਾਈਮ 5:30 ਦਾ ਟਾਈਮ ਹੋ ਚੁੱਕਿਆ। ਪਹਾੜਾਂ ਦੇ ਵਿੱਚ ਜਿਹੜਾ ਹਨੇਰਾ ਵੀ ਛੇਤੀ ਪੈਂਦਾ ਹੈ ਅਤੇ ਦਿਨ ਵੀ ਛੇਤੀ ਚੜ੍ਹਦਾ ਹੈ।
ਸਾਹਮਣੇ ਸਟੈਚੂ ਲੱਗਿਆ ਹੈ ਜੀ ਹਿਮਾਚਲ ਨਮਰਤਾ ਡਾਕਟਰ ਜਸਵੰਤ ਸਿੰਘ ਪਰਮਾਰ ਅਤੇ ਸਾਹਮਣੇ ਤੁਸੀਂ ਪੁਆਇੰਟ ਦੇਖ ਰਹੇ ਹੋ ਸ਼ਿਮਲੇ ਦਾ ਮਸ਼ਹੂਰ ਪੁਆਇੰਟ ਹੈ ਜੀ ਇਹ ਅਤੇ ਇੱਧਰ ਜਿਹੜਾ ਸਟੈਚੂ ਹੈ ਜੀ ਅਟਲ ਬਿਹਾਰੀ ਵਾਜਪਾਈ ਜੀ ਦਾ ਬੀਜੇਪੀ ਦੇ ਪਹਿਲੇ ਪ੍ਰਧਾਨ ਮੰਤਰੀ ਹੋਏ ਨੇ ਜਿਹੜੇ ਆਹ ਦੇਖੋ ਜੀ ਕਿੰਨੇ ਸੋਹਣੇ ਤੁਸੀਂ ਵਿਊ ਦੇਖ ਰਹੇ ਹੋ ਇੱਥੋਂ ਦੇ ਰੌਣਕਾਂ ਲੱਗੀਆਂ ਪਈਆਂ ਨੇ ਇੱਥੇ ਬੱਚਿਆਂ ਦੀ ਐਕਟੀਵਿਟੀ ਵਾਸਤੇ ਘੋੜ ਸਵਾਰੀ ਬੱਚੇ ਖੁਸ਼ ਹੁੰਦੇ ਨੇ ਜੀ ਪ੍ਰਾਈਜ਼ ਲਿਆ ਜਾਂਦਾ ਘੋੜ ਸਵਾਰੀ ਦਾ ਹੋਰ ਦੋ ਚਾਰ ਘੋੜੇ ਉੱਥੇ ਨੇ ਅਤੇ ਇੱਧਰ ਇੰਦਰਾ ਗਾਂਧੀ ਦਾ ਸਟੈਚੂ ਲੱਗਿਆ ਹੋਇਆ ਅਤੇ ਸਾਹਮਣੇ ਆ ਜੀ ਚਰਚ ਜੋ ਕਿ ਮਸ਼ਹੂਰ ਪੁਆਇੰਟ ਹੈ ਜੀ ਇੱਥੋਂ ਦਾ ਮਸ਼ਹੂਰ ਚਰਚ ਹੈ ਅਤੇ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਦੇਖੋ ਕਿੰਨਾ ਵਧੀਆ ਮਾਹੌਲ ਲੋਕਾਂ ਦੀ ਗਹਿਮਾ ਗਹਿਮੀ ਹੋ ਰਹੀ ਹੈ ਸੋ ਇੱਧਰ ਹੈ ਜੀ ਨਾਲ ਮਹਾਤਮਾ ਗਾਂਧੀ ਦਾ ਬੁੱਤ ਅਤੇ ਉਹ ਉੱਪਰ ਬਣਿਆ ਇੱਕ ਬਹੁਤ ਸੋਹਣਾ ਪੁਆਇੰਟ ਆ ਅਤੇ ਨਾਲ ਆਹ ਪਾਣੀ ਦੇ ਫੁਹਾਰੇ ਹੋਰ ਵੀ ਖੂਬਸੂਰਤੀ ਨੂੰ ਨਿਖੇਰ ਰਹੇ ਨੇ ਕਈ ਵਾਰੀ ਤਾਂ ਇੱਥੇ ਪ੍ਰੋਗਰਾਮ ਵੀ ਹੁੰਦਾ ਪਰ ਅੱਜ ਨਹੀਂ ਹੈਗਾ ਬਹੁਤ ਵਧੀਆ ਚਹਿਲ ਪਹਿਲ ਹੋ ਰਹੀ ਹੈ ਸੂਰਜ ਡੁੱਬਣ 'ਚ ਤਕਰੀਬਨ ਅੱਧਾ ਘੰਟਾ ਰਹਿ ਗਿਆ ਕੁਝ ਸਮੇਂ ਲਈ ਸ਼ਿਮਲਾ ਵੀ ਪੰਜਾਬ ਦੀ ਰਾਜਧਾਨੀ ਰਿਹਾ ਹੈ ਕ੍ਰਾਈਸਟ ਚਰਚ ਸ਼ਿਮਲਾ ਮੇਰਠ ਵਿੱਚ ਸੈਂਟ ਜੋਹਨ ਚਰਚ ਤੋਂ ਬਾਅਦ ਉੱਤਰੀ ਭਾਰਤ ਵਿੱਚ ਦੂਜਾ ਸਭ ਤੋਂ ਪੁਰਾਣਾ ਚਰਚ ਹੈ ਇਹ ਚਰਚ ਸ਼ਿਮਲਾ ਦੇ ਪ੍ਰਮੁੱਖ ਸਥਾਨਾਂ ਵਿੱਚੋਂ ਇੱਕੋ ਇੱਕ ਕ੍ਰਾਈਸਟ ਚਰਚ ਨੂੰ 1847 ਵਿੱਚ ਕਰਨਲ ਜੇਟੀ ਬੋਇਲ ਨੂੰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਅਤੇ ਇਸਦਾ ਨੀਂਹ ਪੱਥਰ 9 ਸਤੰਬਰ 1844 ਨੂੰ ਕਲਕੱਤਾ ਦੇ ਬਿਸ਼ਪ ਡੈਨੀਅਲ ਵਿਲਸਨ ਦੁਆਰਾ ਰੱਖਿਆ ਗਿਆ ਉਸ ਸਮੇਂ ਇਸ ਨੂੰ ਬਣਾਉਣ 'ਤੇ ਤਕਰੀਬਨ 50,000 ਰੁਪਏ ਖਰਚ ਆਏ ਸਨ ਬਣਦੀ ਹੈ ਇਹ ਦੁਨੀਆਂ ਦੇ ਵਿੱਚ ਆਪਾਂ ਹੁਣ ਤੁਹਾਨੂੰ ਚਰਚ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਬਹੁਤ ਸੂਰਤੀ ਖੂਬਸੂਰਤ ਚਰਚ ਹੈ ਇੱਥੋਂ ਦਾ ਮੇਨ ਪੁਆਇੰਟ ਹੈ ਜੀ ਇੱਥੇ ਵੀ ਅਤੇ ਇੱਧਰ ਤੁਸੀਂ ਦੇਖ ਰਹੇ ਹੋ ਸਭ ਲੋਕ ਇੰਜੋਏ ਕਰ ਰਹੇ ਨੇ ਜੀ ਇੱਥੇ ਆਹ ਦੇਖੋ ਘੋੜ ਸਵਾਰੀ ਆਏ ਨਜ਼ਾਰੇ ਲੈਂਦੇ ਨੇ ਬੱਚੇ ਵੀ ਕਿ ਸਿਆਣੇ ਹੋਈ ਘੋੜ ਸਵਾਰੀ ਕਰਦੇ ਨੇ ਬਹੁਤ ਸੋਹਣੇ ਘੋੜੇ ਰੱਖੇ ਗਏ ਨੇ ਜੀ ਇੱਥੇ ਆਹ ਦੇਖੋ ਬੱਚੇ ਮਜ਼ਾ ਲੈਂਦੇ ਹੋਏ ਉਹ ਦੇਖੋ ਕਿੱਥੋਂ ਚੜ੍ਹ ਕੇ ਅਤੇ ਕਿੱਥੋਂ ਰੁੜੂਗਾ ਪਤੰਦਰਾ ਚੈੱਕ ਅਤੇ ਇੱਧਰ ਜਿਹੜੀ ਇੱਥੋਂ ਦੀ ਡਰੈੱਸ ਹੈ ਕਸ਼ਮੀਰੀ ਨਾ ਹਿਮਾਚਲੀ ਸੋਰੀ ਹਿਮਾਚਲੀ ਡਰੈੱਸ ਪਾ ਕੇ ਲੋਕ ਆਪੋ ਆਪਣੀਆਂ ਸੈਲਫੀਆਂ ਅਤੇ ਫੋਟੋਗ੍ਰਾਫੀ ਕਰ ਰਹੇ ਨੇ ਇਸ ਤਰ੍ਹਾਂ ਤਿਆਰੀ ਹੋ ਰਹੀ ਹੈ ਅਤੇ ਇੱਥੋਂ ਦਾ ਕੁਛ ਨਜ਼ਾਰਾ ਇਹ ਹੈ ਜੀ ਸ਼ਿਮਲੇ ਦਾ ਸਾਥ ਮੇ ਲੈਣਾ ਮੈਡਮ ਸਭ ਕਾ ਹਾਂ ਹਾਂ ਚਾਰੋ ਕੋ ਸਾਥ ਮੇ
ਸੋ ਇਹ ਨਜ਼ਾਰਾ ਜੀ ਖੂਬਸੂਰਤ ਸ਼ਿਮਲਾ ਦਾ, ਮਾਲ ਰੋਡ ਦਾ, ਮਾਲ ਰੋਡ ਸ਼ਿਮਲਾ, ਮਾਲ ਰੋਡ ਸ਼ਿਮਲਾ ਮਿਊਂਸੀਪਲ ਕਮੇਟੀ ਜਿਹੜਾ ਆਪਾਂ ਥੱਲੇ ਰਹਿ ਗਈ ਅਤੇ ਇਹ ਮਿਊਂਸੀਪਲ ਕਮੇਟੀ ਮੇਘਰ ਦਾ ਦਫ਼ਤਰ ਅਤੇ ਡਿਫੈਂਸ ਕਲੱਬ ਸਮੇਤ ਹੋਰ ਇਮਾਰਤ ਅੰਗਰੇਜ਼ਾਂ ਵੇਲੇ ਦੀਆਂ ਹਨ ਅਤੇ ਉਹਨਾਂ ਦੇ ਮੂਲ ਰੂਪ ਵਿੱਚ ਸੁਰੱਖਿਅਤ ਰੱਖਿਆ ਗਿਆ ਹੁਣ ਤੱਕ ਵੀ। ਸ਼ਿਮਲਾ ਸਮਝੌਤਾ ਭਾਵ ਕਿ 1971 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਜੰਗ ਤੋਂ ਬਾਅਦ ਸਮਝੌਤਾ, ਇਸ ਮੁਤਾਬਕ ਪਾਕਿਸਤਾਨ ਦੇ 95,000 ਜੰਗੀ ਕੈਦੀ ਰਿਹਾ ਕੀਤੇ, ਇੱਥੇ ਸਮਝੌਤਾ ਹੋਇਆ ਸੀ ਅਤੇ ਦੋਵੇਂ ਮੁਲਕਾਂ ਦੀ ਕਸ਼ਮੀਰੀ ਮਸਲੇ ਬਿਨਾਂ ਕਿਸੇ ਬਾਹਰੀ ਤਾਕਤ ਦੇ ਦਖਲ ਦੇ ਵਿੱਚੋਂ ਵਿਚੋਲਪੁਣੇ ਦਾ ਦਬਾਅ ਤੋਂ ਅਮਨ ਪੂਰਵਕ ਢੰਗ ਨਾਲ ਆਪਸੀ ਗੱਲਬਾਤ ਰਾਹੀਂ ਸੁਲਝਾਉਣ ਦਾ ਫੈਸਲਾ ਕੀਤਾ, ਜੋ ਕਿ ਸ਼ਿਮਲੇ ਹੋਇਆ। ਇਸ ਨੂੰ ਸ਼ਿਮਲਾ ਸਮਝੌਤੇ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸ਼ਿਮਲਾ ਸ਼ੁਰੂ ਤੋਂ ਹੀ ਇਤਿਹਾਸਕ ਅਹਿਮੀਅਤ ਵਾਲਾ ਸ਼ਹਿਰ ਹੈ ਜੀ, ਖੂਬਸੂਰਤ ਸ਼ਹਿਰ ਹੈ। ਇਹ ਦੇਖੋ ਸਨਸੈੱਟ ਹੋ ਰਿਹਾ ਸਾਹਮਣੇ ਅਤੇ ਸੂਰਜ ਜਿਹੜਾ ਹੈ ਛਿਪ ਰਿਹਾ, ਬਹੁਤ ਸੋਹਣਾ ਖਿੱਚਵਾ ਨਜ਼ਾਰਾ ਜੀ, ਬਹੁਤ ਸੋਹਣਾ ਲੱਗ ਰਿਹਾ ਜੀ। ਛੋਟੇ ਛੋਟੇ ਬੱਚੇ ਕਿੰਨੇ ਸੋਹਣੇ ਲੱਗ ਰਹੇ ਨੇ, ਦੋਨੇ ਭੈਣਾਂ ਇੱਧਰ ਵੀ ਆ ਗਿਆ ਅਤੇ ਇੱਧਰ ਘੋੜੇ ਖੜ੍ਹੇ ਨੇ, ਆਪਣੀ ਵਾਰੋ ਵਾਰੀ ਸਵਾਰੀਆਂ ਨੂੰ ਬਿਠਾਉਂਦੇ ਨੇ। ਉੱਪਰ ਆ ਗਏ ਜੀ ਆਪਾਂ ਆਹ ਬਿਲਡਿੰਗ ਦੇ ਵਿੱਚ, ਇਹ ਪੁਆਇੰਟ ਤੋਂ ਸਾਰਾ ਮਾਲ ਰੋਡ ਥੱਲੇ ਤੱਕ ਦੇ ਰਹੇ, ਪੂਰੇ ਲੋਕਾਂ ਦੀ ਚਹਿਲ ਪਹਿਲ ਦਿਖ ਰਹੀ ਹੈ ਟਾਈਮ ਇੱਥੋਂ। ਸਾਹਮਣੇ ਸੂਰਜ ਦੇਵਤਾ ਛੁਪ ਚੁੱਕਿਆ ਅਤੇ ਆਹ ਨੀਚੇ ਪਹਾੜ ਚੱਲ ਰਿਹਾ। ਉੱਪਰਲੇ ਪਾਸੇ ਆ ਦੇਖੋ ਜੀ ਕਿੰਨਾ ਸੋਹਣਾ ਇੱਥੇ ਝਰਨਾ ਜਿਹਾ ਬਣਿਆ ਹੈ ਅਤੇ ਨਾਲ ਹੀ ਆ ਕੈਫੇ ਹੋ ਸਕਦਾ, ਕੌਫੀ ਵਗੈਰਾ ਸ਼ੌਪ ਬਣੀ ਹੈ, ਬੁੱਕਸ ਵਗੈਰਾ ਵੀ ਰੱਖੀਆਂ ਹੋਈਆਂ ਨੇ। ਸਾਹਮਣੇ ਉਹ ਚਰਚ ਆ ਗਏ ਅਤੇ ਆਹ ਸਾਹਮਣੇ ਮਾਲ ਰੋਡ ਥੱਲੇ ਆ ਗਿਆ ਅਤੇ ਹੁਣ ਆਪਾਂ ਥੱਲੇ ਚੱਲਦੇ ਹਾਂ। ਇਹ ਇੱਥੇ ਦੇਖੋ ਜੀ ਕੁਛ ਖਾਣ ਪੀਣ ਦੀਆਂ ਰੇਹੜੀਆਂ ਅਤੇ ਆਹ ਨੇ ਜੀ ਇੱਥੋਂ ਦੇ ਬਾਜ਼ਾਰ, ਛੋਟੇ ਛੋਟੇ ਬੱਚਿਆਂ ਦੇ ਮੌਜੇ ਬਣੇ ਹੋਏ ਨੇ ਅਤੇ ਟੋਪੀ, ਇੱਧਰ ਲੱਕੜੀ ਦੇ ਪੈਨ, ਕਾਰਾਗਿਰੀ, ਗਿਫਟ ਵਾਸਤੇ ਛੱਲੇ ਅਤੇ ਕੜੇ ਵਗੈਰਾ, ਲੱਕੜੀ ਦਾ ਸਮਾਨ ਇੱਧਰ ਨੇ। ਅੱਛਾ ਚਾਬੀ ਹੋਈ ਹੈ ਵੀ, ਮਤਲਬ ਕਿ ਉਹ ਜਿਵੇਂ ਆਪਾਂ ਕੋਲਡ ਡਰਿੰਕ ਖੋਲ੍ਹਣ ਵਾਲਾ। ਤਾਂ ਫਿਰ ਬੱਚਿਆਂ ਦੇ ਆ ਗਏ, ਬਹੁਤ ਸੋਹਣੇ ਦੇਖੋ ਨਾਲ ਦੀ ਨਾਲ ਬੁਣੀ ਜਾ ਰਹੇ ਨੇ, ਹੱਥ ਹੈਂਡਮੇਡ ਨੇ ਸਾਰੇ ਅਤੇ ਆਹ ਸਟਿੱਕਰ ਨੇ ਸ਼ਿਮਲਾ, ਆਈ ਲਵ ਸ਼ਿਮਲਾ।
ਤੇ ਆ ਵੀ ਸ਼ਿਮਲੇ ਦਾ। ਕਿੰਨੇ ਦਾ ਵੀਰੇ ਪੀਜ਼ਾ? 100 ਰੁਪਏ ਦਾ ਇੱਕ। ਆ ਦੇਖੋ ਆ ਵੀ ਬੁਣ ਰਹੇ ਨੇ ਆਪ, ਹੈਂਡਮੇਡ ਨੇ ਸਾਰੀਆਂ ਇਹ ਚੀਜ਼ਾਂ। ਅਤੇ ਇੱਧਰ ਬਾਜ਼ਾਰ ਆ ਗਿਆ, ਮਾਲ ਰੋਡ ਬਾਜ਼ਾਰ ਹੈ ਜੀ। ਅਤੇ ਇਸ ਤਰ੍ਹਾਂ ਦੇ ਕੁਛ ਮੇਵੇ ਵੀ ਪਏ ਨੇ। ਆ ਫਿਰ ਲੱਕੜੀ ਦਾ ਸਮਾਨ ਆ ਗਿਆ, ਟਰੇਆਂ ਵਗੈਰਾ ਸਾਰਾ ਕੁਛ ਬਹੁਤ ਸੋਹਣਾ ਬਣਿਆ। ਆ ਦੇਖੋ ਬੈਲਾਂ ਜੀ, ਡੋਰ ਬੈਲ। ਮੇਵਿਆਂ ਦੀ ਦੁਕਾਨ ਹੈ ਨਾਲ ਹੀ, ਕੋਟੀਆਂ ਸ਼ਾਲ। ਇੱਧਰੋਂ ਲੇਡੀਜ਼ ਵਾਸਤੇ ਪਰਸ, ਅਤੇ ਉਹੀ ਫਿਰ ਕਾਰਾਗਿਰੀ ਕੀਤੀ ਹੋਈ। ਇੱਧਰ ਦੇਖੋ ਚਿੱਤਰਕਾਰ ਲੱਗੇ ਹੋਏ ਨੇ ਬਣਾਉਣ, ਅਤੇ ਆਪਣੇ ਹੱਥ ਨਾਲ ਸਕੈਚ ਬਣਾ ਰਿਹਾ ਬਾਈ। ਸਾਰੇ ਇਹ ਤਿੱਬਤੀ ਨੇਪਾਲੀਅਨਸ ਸ਼ੌਪ ਹੈ ਜੀ ਸਾਰੀ। ਇਹੋ ਜੀ ਸ਼ਾਮ ਪੈ ਰਹੀ ਆ, ਹੌਲੀ ਹੌਲੀ ਦਿਨ ਢਲ ਗਿਆ, ਅਤੇ ਇਹ ਨਜ਼ਾਰੇ ਨੇ ਕੁਛ ਇੱਥੋਂ ਦੇ। ਸੋ ਅੱਜ ਦੇ ਵਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਹਾਂ ਜੀ, ਅਤੇ ਮਿਲਦੇ ਹਾਂ ਫਿਰ ਨਵੇਂ ਵਲੌਗ ਦੇ। ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।